ਹਾਂਜੀ ਸਰ ਸਤਿ ਸ੍ਰੀ ਅਕਾਲ ਦਾਸ ਮਲਕੀਤ ਸਿੰਘ ਨਿਟਾ ਅੱਜ ਮੈਂ ਮੇਰੇ ਵੀਰ ਦਾ ਪੇਪਰ ਸੀਗਾ ਨਾਲ ਆਇਆ ਸੀ ਗੁਈਦਿਆਂ ਵਾਸਤੇ ਤੇ ਤੁਹਾਡੇ ਸਾਹਮਣੇ ਤਰਨਜੀਤ ਸਿੰਘ ਤਰਾਸ਼ੀਨਾ ਤੋਂ ਹਾਂਜੀ ਵੀਰ ਜੀ ਬੋਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਾ ਪੁੱਛੋ ਕਿੰਨੀ ਖੁਸ਼ੀ ਹੋ ਰਹੀ ਮੈਨੂੰ ਇੰਨੀ ਖੁਸ਼ੀ ਆਪਣੇ ਜੰਮਣ ਤੇ ਨਹੀਂ ਹੁੰਦੀ ਕਿਸੇ ਨੂੰ ਜਿੰਨੀ ਮੈਂ ਇਸ ਚੀਜ਼ ਨੂੰ ਲੈ ਕੇ ਹੋ ਰਹੀ ਮੈਨੂੰ ਇੰਨੀ ਖੁਸ਼ੀ ਮੈਨੂੰ ਟੈਸਟ ਪਾਸ ਕਰਕੇ ਨਹੀਂ ਹੋਈ ਜਿੰਨੀ ਅੱਜ ਲਾਇਸੈਂਸ ਹੱਥ ਦੇ ਵਿੱਚ ਆਇਆ ਤੇ ਉਨੀ ਹੋਈ ਆ ਹਾਂ ਸਰ ਪੇਪਰ ਚੜੇ ਹੈ ਲਾਣਾ ਸਰ ਹੈ ਹੌਲੀ ਲਾਵਾਂਗੇ ਇਹ ਸਭ ਨੀਟਾ ਵੀਰ ਦੀ ਮਿਹਰਬਾਨੀ ਆ ਇਹਨਾਂ ਦੀ ਬਦੌਲਤ ਮੈਂ ਇੱਥੇ ਤੱਕ ਪਹੁੰਚਾ ਜੀ ਇਹ ਇਹਨਾਂ ਦੀ ਮਾਨਤਾ ਇਹ ਤੁਸੀਂ ਜਦੋਂ ਮਰਜ਼ੀ ਪ੍ਰਦਾਨ ਲੈ ਸਕਦੇ ਆ ਠੀਕ ਹੈ ਜੀ ਤੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੱਧ ਤੋਂ ਵੱਧ ਐਡਮਿਸ਼ਨਾਂ ਲਓ ਜਿਹੜੇ ਮੇਰੇ ਵੀਰ ਭਰਾ ਨੂੰ ਬੋਲੀ ਦੀ ਪ੍ਰੋਬਲਮ ਆ ਕਿਉਂਕਿ ਇਹ ਕੰਮ ਬਿਨਾਂ ਬੋਲੀ ਤੋਂ ਹੀ ਹੁੰਦਾ ਜ਼ਰੂਰੀ ਨਹੀਂ ਆ ਵੀ ਬੋਲੀ ਆਣੀ ਓਬਲੀਗਾਟੋਰੀ ਜ਼ਰੂਰੀ ਇਹਦੇ ਵਿੱਚ ਕੁਛ ਨਹੀਂ ਆ ਇਹ ਕੰਮ ਜੇ ਨਹੀਂ ਵੀ ਬੋਲੀ ਆਉਂਦੀ ਅਸੀਂ ਕਿਉਂਕਿ ਵੀਰ ਦਾ ਪੜ੍ਹਾਉਣ ਦਾ ਤਰੀਕਾ ਹੀ ਇੱਦਾਂ ਦਾ ਆ ਕਿ ਅਸੀਂ ਬੜੇ ਆਸਾਨ ਤੇ ਸੁਖਾਲੇ ਤਰੀਕੇ ਦੇ ਨਾਲ ਪਾਸ ਹੋ ਸਕਦੇ ਹਾਂ ਤੇ ਅੱਜ ਤੁਹਾਡੇ ਸਾਹਮਣੇ ਆ ਜ਼ਿੰਦਗੀ ਦੀ ਮਿਸਾਲ ਲੈ ਕੇ ਬੈਠਾ ਬੜੀ ਖੁਸ਼ੀ ਹੋ ਰਹੀ ਆ ਵੱਧ ਤੋਂ ਵੱਧ ਸਾਰੇ ਐਡਮਿਸ਼ਨਾਂ ਲਓ ਤੇ ਆਪਣਾ ਇਸ ਇਹਨੂੰ ਹਾਸਲ ਕਰਨ ਚ ਸ਼ਾਮਲ ਹੋਵੋ ਤਾਂ ਹੋਰ ਤੈਨੂੰ ਗੱਲ ਸੁਣੀ ਮੈਂ ਸੁਣਿਆ ਕੰਮ ਵੀ ਜਾਂਦੇ ਸੀ ਤੁਸੀਂ ਸ਼ਹਿਰਾਂ ਚ ਕੰਮ ਕਰਦੇ ਸੀਗੇ ਤੇ ਕਿੱਦਾਂ ਪੜ੍ਹਾਈ ਕਰਦੇ ਸੀਗੇ ਮੈਂ 15-15 ਘੰਟੇ ਕੰਮ ਕੀਤਾ ਵੀਰੇ ਇਹ ਪੜ੍ਹਨੇ ਨੂੰ ਲਾਇਸੈਂਸ ਪੜ੍ਹਨੇ ਨੂੰ ਥਿਊਰੀ ਪੜ੍ਹਨੇ ਨੂੰ ਮੇਰੇ ਕੋਲ ਬਿਲਕੁਲ ਟਾਈਮ ਨਹੀਂ ਸੀ ਬਲਕਿ ਤੁਹਾਨੂੰ ਵੀ ਪਤਾ ਮੈਂ ਕਿਤੇ ਕਿਤੇ ਕਲਾਸ ਵੀ ਬਹੁਤ ਘੱਟ ਲਾਈ ਆ ਬਲਕਿ ਮੈਂ ਵੈਬਸਾਈਟ ਤੋਂ ਜ਼ਿਆਦਾ ਪੜ੍ਹਦਾ ਹੁੰਦਾ ਸੀ ਤੁਹਾਨੂੰ ਦੱਸਣਾ ਚਾਹੂੰਗਾ ਸਾਰਿਆਂ ਨੂੰ ਕਿ ਵੀਰ ਹੁਣਾਂ ਦੀ ਇੱਕ ਵੈਬਸਾਈਟ ਆ ਤੇ ਉਹਦੇ ਵਿੱਚੋਂ ਅਸੀਂ ਇਸ ਤਰੀਕੇ ਨਾਲ ਪੜ੍ਹ ਸਕਦੇ ਹਾਂ ਜਿਸ ਤਰੀਕੇ ਨਾਲ ਵੀਰ ਸਾਡੇ ਆਹਮੋ ਸਾਹਮਣੇ ਬਹਿ ਕੇ ਪੜ੍ਹਾਉਂਦੇ ਆ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਉਹਦੇ ਵਿੱਚ ਟਰਾਂਸਲੇਟ ਕੀਤਾ ਗਿਆ ਆ ਸਾਰੀ ਬੁੱਕ ਟਰਾਂਸਲੇਟ ਕੀਤੀ ਗਈ ਆ ਇਸ ਕਰਕੇ ਸਾਰੇ ਜਣੇ ਐਡਮਿਸ਼ਨ ਲਓ ਤੇ ਸਾਰਿਆਂ ਨੂੰ ਉਹਨਾਂ ਦੀ ਵੈਬਸਾਈਟ ਬਣਾ ਕੇ ਦਿੱਤੀ ਜਾਵੇ ਤੇ ਸਾਰੇ ਜਣੇ ਪਾਸ ਹੋਵੋ ਤੇ ਮੇਰੇ ਭਰਾ ਜਿਹਨਾਂ ਨੂੰ ਬੋਲੀ ਨਹੀਂ ਵੀ ਆਉਂਦੀ ਉਹ ਵੀ ਇਸ ਚੀਜ਼ ਦਾ ਹਿੱਸਾ ਬਣੋ ਓਕੇ ਤਰਨਜੀਤ ਸਤਿ ਸ੍ਰੀ ਅਕਾਲ ਬਹੁਤ ਬਹੁਤ ਮਿਹਰਬਾਨੀ ਆਂਟੀ ਜੀ